ਜੀਵਨੀ ਤੇ ਕਿਸੇ ਵੱਡੇ ਤੇ ਮਸ਼ਹੂਰ ਬੰਦੇ ਤੇ ਹੀ ਲਿਖੀ ਜਾਂਦੀ ਹੈ। ਇੱਕ ਆਮ ਆਦਮੀ ਦੀ ਜ਼ਿੰਦਗੀ ਵਿੱਚ ਐਸਾ ਹੁੰਦਾ ਹੀ ਕੀ ਹੈ ਕਿ ਉਹ ਆਪਣੀ ਜੀਵਨੀ ਲਿਖੇ। ਹਾਂ ਤੇ ਕੀ ਨਾ ਦੱਸਿਆ ਸੀ ਬੇਟਾ ਤੇਰਾ? ਜੀ ਜੱਟੂ ਜਤਿੰਦਰ ਸਿੰਘ। ਮੈਂ ਤਾਂ ਪਹਿਲੇ ਕਿਹਾ ਸੀ ਭਈਆ ਜੱਟੂ ਨਖੱਟੂ ਇਹ ਕੁਝ ਨਹੀਂ ਕਰ ਸਕਦਾ ਜ਼ਿੰਦਗੀ 'ਚ, ਸਵਾਲ ਫੈਲ ਪਰੇ ਤੋਂ ਉਹ ਮੇਰਾ ਲਹੂ ਪੀਊਗਾ ਸਾਰੀ ਉਮਰ ਬਹਿ ਕੇ। ਤਾਮ ਸੇਨ ਦੀਪਕ ਰਾਗ ਗਾ ਗਾ ਕੇ ਦੀਵੇ ਜਗਾ ਦਿਆ ਕਰਦਾ ਸੀ, ਅੱਜ ਜੱਟੂ ਸਾਹਿਬ ਦਾ ਗੀਤ ਸੁਣ ਕੇ ਡੇਢ ਭਾ ਦੁੱਧ ਵੱਧ ਦੇ ਤਾ ਮੱਝ ਨੇ। ਤੇਰਾ ਗੀਤ ਸੁਣ ਕੇ ਮੱਝ ਦਾ ਗੋਹਾ ਨਿਕਲ ਗਿਆ, ਹੁਣ ਚੁੱਕ ਕੇ ਗੋਹਾ ਡਾ ਗਿਆ। ਉਹ ਬੰਦੇ ਫੇਲ ਹੋ ਕੇ ਪੜ੍ਹਾਈ ਛੱਡਦੇ ਦੇਖੇ ਸੀ, ਆ ਸਾਡੇ ਨਵੇਂ ਇੰਡੀਆ ਜੰਮ ਪਿਆ, ਉਹ ਚੰਗੇ ਨੰਬਰਾਂ 'ਚ ਫਸਟ ਈਅਰ ਪਾਸ ਕਰਕੇ ਕਹਿੰਦਾ ਮੈਂ ਨਹੀਂ ਜਾਣਾ ਕਾਲਜ। ਆਜੋ ਜੀ ਆਜੋ, ਘਰ ਕੋਈ ਨਹੀਂ ਹੈਗਾ। ਨਹੀਂ ਜਾਣ ਦੋ। ਮੈਂ ਮਨੀ। ਜ਼ਿੰਮੇਵਾਰ ਮੁੰਡਾ ਬਣ ਕੇ ਦਿਖਾਓ, ਫਿਰ ਕੌਣ ਰੋਕ ਲਊਗਾ ਸਾਡੀ ਮੁਹੱਬਤ ਨੂੰ ਪਰਵਾਨ ਚੜਨ ਤੋਂ? ਬਚਪਨ ਤੋਂ ਮੇਰੀ ਆ, ਮੈਂ ਪਿੱਪਨ ਪ੍ਰੀਤ ਮਠਾਰੂ, ਸਿਰ ਤੇ ਸਿਰਾ ਬੰਨ ਕੇ ਆਉਂ ਪੁੱਤ। ਇੱਕ ਗੱਲ ਦਾ ਜਵਾਬ ਤੈਨੂੰ ਦੇਣਾ ਪੈਣਾ ਮਨੀ। ਪਿਆਰ ਹੋਣਾ ਸੀ ਇੱਕ ਵਾਰ, ਮੈਂ ਸਾ ਕੀ ਕਸੂਰ ਕੀਤਾ ਸੀ, ਮੈਨੂੰ ਸਜ਼ਾਏ ਮੌਤ ਦੇਣ ਤੇ ਤੁਰਨੀ ਤੂੰ। ਮਿਰਜ਼ਾ ਬਣ ਕੇ ਡਾਕ ਲੈ ਜਾ। ਵਕਤ ਗੁਜ਼ਰਦਾ ਗਿਆ, ਕਦੇ ਸਰਪਟ ਦੌੜਦੇ ਦਰਿਆ ਵਾਂਗ ਤੇ ਕਦੇ ਰੇਂਗਦੀ ਛਿਪਕਲੀ ਵਾਂਗ। ਜੱਟ ਸਾਹਿਬ, ਇਸ ਤਰ੍ਹਾਂ ਹੈ ਕਿ ਇੱਕ ਬਹੁਤ ਮੋਟਾ ਕੰਮ ਆਇਆ। ਕਿਹਦਾ ਨਿਕਲੂਗਾ ਫਿਰ ਕੀ ਟੈਂਡਰ? 1 ਕਰੋੜ ਵਾਲਾ? ਸਮੁੰਦਰ 'ਚ ਰਹਿ ਕੇ ਮਗਰ ਮੱਛਾਂ ਨਾਲ ਤਾਂ ਕੋਈ ਮੂਰਖ ਹੀ ਵੈਰ ਲਏਗਾ ਨਾ। ਉਹ ਕਹਿੰਦੇ ਆ ਨਾ, ਬੰਦਾ ਜੋੜੇ ਪਲੀ ਪਲੀ ਤੇ ਰੱਬ ਰੜਾਵੇ ਕੁੱਪਾ। ਪੂਰੇ 6.5 ਲੱਖ ਦੇ ਚੈੱਕ ਬਾਊਂਸ ਹੋਏ ਨੇ। ਇਹ ਮੁਕਾਬਲੇ ਦਾ ਦੌਰ ਹੈ ਡੈਡ, ਮੁਕਾਬਲੇ ਦਾ। ਮੈਂ ਤੁਹਾਡੇ ਵਾਂਗੂ ਡਰ ਡਰ ਕੇ ਨਹੀਂ ਜੀਣਾ ਚਾਹੁੰਦਾ। ਜੱਟੂ ਕਿਸੇ ਫਿਲਮ ਦਾ ਨਾਇਕ ਨਹੀਂ ਸੀ, ਉਹ ਤੇ ਇੱਕ ਆਮ ਆਦਮੀ ਸੀ। ਜੱਟੂ ਨੀ ਖੱਟੂ ਬੰਦਾ ਏ ਇੱਕ ਸਿੱਧਾ ਸਾਦਾ ਆਮ ਜਿਹਾ। ਪਤਾ ਨਹੀਂ ਹੋਰ ਕਿੰਨੇ ਕੁ ਇਮਤਿਹਾਨ ਬਾਕੀ ਨੇ ਅਜੇ ਵੀ। ਦੁਨੀਆ ਵਿੱਚ ਗੁਮਨਾਮ ਜਿਹਾ, ਲੜੋ ਤੇ ਜਿਓ, ਬਸ ਇਹੀ ਹੈ ਜੀ। ਓ ਜੱਟੂ ਨੀ ਖੱਟੂ ਪੜਦੇ ਟੱਟੂ, ਮੈਨੂੰ ਐਵੇਂ ਜੱਟੂ ਨੂੰ ਖੱਟੂ ਜੱਟੂ ਨੂੰ ਖੱਟੂ, ਜਿਵੇਂ ਗੁਰਦੁਆਰੇ 'ਚੋਂ ਮੇਰਾ ਨਾਂ ਜੱਟੂ ਨੂੰ ਖੱਟੂ ਕਢਾਇਆ ਹੁੰਦਾ ਇਹਨਾਂ ਨੇ।